ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਪੰਜਾਬੀ ਬੋਲੀਵੁੱਡ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬੋਲੀਵੁੱਡ ਇੰਡਸਟਰੀ ਦੀ ਗਰਮਾ ਗਰਮ ਖਬਰ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗਿੱਪੀ ਗਰੇਵਾਲ ਦੇ ਪ੍ਰੋਡਕਸ਼ਨ ਹਾਊਸ ਹੰਬਲ ਮੋਸ਼ਨ ਪਿਕਚਰ ਦੀ ਪਹਿਲੀ ਫਿਲਮ ਮੰਜੇ ਬਿਸਤਰੇ ਨੇ ਕਾਫੀ ਵਧੀਆ ਬਿਜ਼ਨਸ ਕੀਤਾ ਸੀ, ਜਿਸ ਦੀ ਕਾਮਯਾਬੀ ਤੋਂ ਬਾਅਦ ਗਿੱਪੀ ਗਰੇਵਾਲ ਨੇ ਮੰਜੇ ਬਿਸਤਰੇ 2 ਬਣਾਉਣ ਦਾ ਫੈਸਲਾ ਲਿਆ ਸੀ। ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਤੇ ਫਿਲਮ ਦੇ ਸੈੱਟ ਤੋਂ ਆਈ ਇੱਕ ਵੱਡੀ ਖਬਰ। ਮੰਜੇ ਬਿਸਤਰੇ 2 ਫਿਲਮ 'ਚ ਸਿਮੀ ਚਾਹਲ ਮੁੱਖ ਕਿਰਦਾਰ ਵਜੋਂ ਨਜ਼ਰ ਆਵੇਗੀ। ਸਿਮੀ ਚਾਹਲ ਇਸ ਤੋਂ ਪਹਿਲਾਂ ਕਈ ਹਿੱਟ ਪੰਜਾਬੀ ਫਿਲਮਾਂ ਜਿਵੇਂ ਕਿ ਬੰਬੂਕਾਟ, ਰੱਬ ਦਾ ਰੇਡੀਓ, ਗੋਲਕ ਬੁਗਨੀ ਬੈਂਕ ਤੇ ਬਟੂਆ ਅਤੇ ਦਾਣਾ ਪਾਣੀ ਅੰਦਰ ਨਜ਼ਰ ਆ ਚੁੱਕੀ ਹੈ। ਹਰ ਫਿਲਮ 'ਚ ਦਮਦਾਰ ਰੋਲ ਨਿਭਾਉਣ ਵਾਲੀ ਸਿਮੀ ਚਾਹਲ ਦਾ ਮੰਜੇ ਬਿਸਤਰੇ 2 ਦੇ ਅੰਦਰ ਕਿਸ ਤਰ੍ਹਾਂ ਦਾ ਕਿਰਦਾਰ ਹੋਵੇਗਾ, ਇਸ ਨੂੰ ਲੈ ਕੇ ਵੀ ਅਜੇ ਸਸਪੈਂਸ ਬਣਿਆ ਹੋਇਆ। ਸੋਚਣ ਵਾਲੀ ਗੱਲ ਇਹ ਹੈ ਕਿ ਸੋਨਮ ਬਾਜਵਾ ਵੀ ਇਸ ਫਿਲਮ ਅੰਦਰ ਨਜ਼ਰ ਆਵੇਗੀ ਜਾਂ ਨਹੀਂ, ਜਾਂ ਦੋਵੇਂ ਅਦਾਕਾਰਾਂ ਇਸ ਫਿਲਮ ਅੰਦਰ ਇਕੱਠੀਆਂ ਨਜ਼ਰ ਆਉਣਗੀਆਂ। ਅਜਿਹੀਆਂ ਹੋਰ ਚਟਪਟੀ ਖਬਰਾਂ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ।